ਮੱਲਾਂ ਵਾਲੇ ਭਾਜਪਾ ਦਾ ਪ੍ਰਚਾਰ ਕਰਨ ਲਈ ਆਇਆ ਸੀ। ਕਿਸਾਨਾਂ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਮਨਦੀਪ ਮੰਨੇ ਦਾ ਭਾਜਪਾ ਦੇ ਆਗੂ ਦਾ ਵਿਰੋਧ ਕਰਨ ਲਈ ਮੱਲਾਂ ਵਾਲੇ ਇਕੱਠ ਕੀਤਾ, ਪਰ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਅਤੇ ਮਨਦੀਪ ਮੰਨਾ ਇੱਥੋਂ ਭੱਜਦਾ ਨਜ਼ਰ ਆਇਆ। ਕਿਉਂਕਿ ਅਸੀਂ ਸਵਾਲ ਕਰਨੇ ਸੀ ਵੀ ਕੀ ਗੁਨਾਹ ਸੀ ਸਾਡੇ ਸ਼ੁਭ ਕਰਨ ਦਾ, ਜਿਹਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਕੀ ਗੁਨਾਹ ਸੀ ਉਹ 40 ਕਿਸਾਨਾਂ ਮਜ਼ਦੂਰਾਂ ਦਾ ਜਿਨ੍ਹਾਂ ਨੂੰ ਗੋਲੀਆਂ ਨਾਲ ਫੱਟੜ ਕੀਤਾ ਗਿਆ ਅਤੇ ਇੱਕ ਦੋ ਕਿਸਾਨਾਂ ਦੀਆਂ ਅੱਖਾਂ ਤੋਂ ਵੀ ਵਾਂਝੇ ਹੋਏ ਨੇ, ਹੋਰ ਬਹੁਤ ਜ਼ਿਆਦਾ ਫੱਟੜ ਕੀਤੇ, ਨੁਕਸਾਨ ਕੀਤਾ ਵੱਡੇ ਪੱਧਰ ਤੇ, ਟਰੈਕਟਰ ਭੰਨੇ ਤੋੜੇ ਗਏ। ਲਖਮੀਮਪੁਰ ਖੀਵੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਨੂੰ ਟਿਕਟ ਦੇ ਕੇ ਇਲੈਕਸ਼ਨ ਲੜਾਇਆ ਜਾ ਰਿਹਾ। ਕਿਸਾਨਾਂ ਦੀਆਂ ਜੋ ਜਾਇਜ਼ ਮੰਗਾਂ ਸੀ ਉਹਨਾਂ ਤੋਂ ਭੱਜ ਰਹੀ ਹੈ ਸਰਕਾਰ। ਕੀ ਖੇਤੀ ਕਾਨੂੰਨ ਜਿਹੜੇ ਰੱਦ ਕਰਤੇ, ਜਿਹੜੀਆਂ ਉਹਦੇ ਨਾਲ 5-6 ਮੰਗਾਂ ਸੀ ਉਹਨਾਂ ਨੂੰ ਮੰਨ ਕੇ ਲਾਗੂ ਨਾ ਕਰਨਾ ਬਹੁਤ ਧੱਕੇਸ਼ਾਹੀ ਹੈ, ਨਾ ਇਨਸਾਫੀ ਹੈ ਕਿਸਾਨਾਂ ਨੂੰ, ਇਸ ਲਈ ਵਿਰੋਧ ਕਰ ਰਹੇ ਹਨ। ਬਿਲਕੁਲ, ਜੇ ਪਿੰਡਾਂ 'ਚ ਉਹਨਾਂ ਦੇ ਵਰਕਰ ਉਮੀਦਵਾਰ ਕੋਈ ਵੀ ਪਹੁੰਚਿਆ ਇਸੇ ਤਰ੍ਹਾਂ ਹੀ ਤਿੱਖਾ ਵਿਰੋਧ ਹੋਊ। ਇਹ ਸਾਡਾ ਜਥੇਬੰਦੀ ਵੱਲੋਂ ਦੋਵਾਂ ਫੋਰਮਾਂ ਦਾ ਲਾਣਾ ਬਿਲਕੁਲ, ਅਸੀਂ ਖੁੱਲੇ ਤੌਰ ਤੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੀ, ਪਰ ਪੁਲਿਸ ਵੱਲੋਂ ਸਾਨੂੰ ਇੱਥੇ ਜਬਰੀ ਰੋਕਿਆ ਗਿਆ ਪ੍ਰਦਰਸ਼ਨ ਕਰਨ ਤੋਂ, ਪਰ ਸੰਵਿਧਾਨ ਦੇ ਉਲਟਾ ਹੈ ਕਿਉਂਕਿ ਪ੍ਰੋਟੈਸਟ ਕਰਨਾ ਹਰੇਕ ਦਾ ਜਮਹੂਰੀ ਹੱਕ ਹੈ। ਸੋ ਅੱਜ ਦੀਆਂ ਸਮੇਂ ਦੀਆਂ ਸਰਕਾਰਾਂ, ਸਮੇਂ ਦੀਆਂ ਹਕੂਮਤਾਂ ਇਹ ਸਾਡਾ ਜਮਹੂਰੀ ਹੱਕ ਖੋ ਕੇ ਇਹ ਗਲਾ ਘੁੱਟਣਾ ਚਾਹੁੰਦੀਆਂ, ਪਰ ਅਸੀਂ ਇਹ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਾਂਗੇ। ਇਹ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਆ, ਨਾ ਦੱਬੂਗੀ ਨਾ ਦੱਬੀ ਜਾ ਸਕਦੀ। ਅੱਜ ਜੀ ਕਸਬਾ ਮੱਲਾਂ ਵਾਲੇ ਦੇ ਵਿੱਚ ਭਾਜਪਾ ਦਾ ਮਨਦੀਪ ਮੰਨਾ ਜਿਹੜਾ ਹਲਕਾ ਖਡੂਰ ਸਾਹਿਬ ਤੋਂ ਖਲੋਤਾ, ਉਹ ਮੱਲਾਂ ਵਾਲੇ ਕਸਬੇ ਦੇ ਵਿੱਚ ਜਿਹੜਾ ਵੋਟਾਂ ਦੇ ਸਿਲਸਿਲੇ ਦੇ ਵਿੱਚ ਆਇਆ। ਸਾਡੇ ਪੂਰੇ ਇਲਾਕੇ ਦੇ ਕਿਸਾਨ ਮਜ਼ਦੂਰ, ਪਿੰਡਾਂ ਸ਼ਹਿਰਾਂ ਕਸਬਿਆਂ ਦੇ ਕਿਸਾਨ ਮਜ਼ਦੂਰ ਤੁਸੀਂ ਵੇਖ ਲਓ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਨੇ। ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਰੋਡ ਦੀ ਇੱਕ ਸਾਈਡ ਤੇ ਖੜੇ ਆ ਤੇ ਸਾਡਾ ਇਹ ਆ ਕਿ ਅਸੀਂ ਇਹ ਭਾਜਪਾ ਦੇ ਆਗੂਆਂ ਦੇ ਨਾਲ ਸਾਡੇ ਜਿਹੜੇ ਕੁਝ ਸਵਾਲ ਨੇ, ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ, ਉਹ ਅਸੀਂ ਇਹ ਭਾਜਪਾ ਦੇ ਆਗੂਆਂ ਨੂੰ ਸਵਾਲ ਕਰਨਾ ਚਾਹੁੰਦੇ ਸਾਂ ਕਿ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦਿਓ ਕਿ ਸਾਡਾ ਕਸੂਰ ਕੀ ਏ। ਅਸੀਂ ਆਪਣੀਆਂ ਹੱਕੀ ਮੰਗਾਂ ਜਿਹੜਾ ਕਿ 2020 ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਸੀ,
ਉਹਦੇ ਵਿੱਚ ਭਾਜਪਾ ਸਰਕਾਰ ਨੇ ਸਾਡੀਆਂ 6-7 ਮੰਗਾਂ ਤੇ ਸਹਿਮਤੀ ਬਣਾਈ ਸੀ। ਜਿਹੜੇ 3 ਆਰਡੀਨੈਂਸ ਜਿਹੜੇ ਨੇ ਉਹ ਬੜਾ ਲੰਮਾ 13 ਮਹੀਨੇ ਅੰਦੋਲਨ ਕਰਕੇ ਉਹ ਕਾਨੂੰਨ ਜਿਹੜੇ ਰੱਦ ਕਰਵਾਏ ਸੀ, ਉੱਥੇ ਭਾਜਪਾ ਦੇ ਨਾਲ ਸਾਡੀ ਸਹਿਮਤੀ ਬਣੀ ਸੀ ਕਿ ਇਹ ਜਿਹੜੇ ਤੁਹਾਡੇ 6-7 ਮੰਗਾਂ ਨੇ, MSP ਗਰੰਟੀ ਕਾਨੂੰਨ ਦੀ ਗੱਲ ਸੀ, ਕਰਜ਼ੇ ਦੀ, ਸਵਾਮੀਨਾਥਨ ਕਮਿਸ਼ਨ ਦੀ, ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੇ ਪਾਏ ਜਿਹੜੇ ਮੁਕਦਮੇ ਪਰਚੇ ਦਰਜ ਕੀਤੇ ਉਹਨਾਂ ਨੂੰ ਰੱਦ ਕਰਨ ਦੀ ਗੱਲ ਸੀ। ਇਹ 7-8 ਮੰਗਾਂ ਤੇ ਸਹਿਮਤੀ ਬਣੀ ਸੀ, ਪਰ ਭਾਜਪਾ ਉਹਨਾਂ ਤੋਂ ਭੱਜ ਚੁੱਕੀ ਆ। ਸੋ ਪੂਰੇ ਦੁਨੀਆ ਭਰ ਦੇ ਲੋਕਾਂ ਨੇ ਫਿਰ ਫੈਸਲਾ ਕਰਕੇ ਤੇ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਸ਼ੁਰੂ ਕੀਤਾ, ਅੰਦੋਲਨ 2, 13 ਤਰੀਕ ਨੂੰ ਅਸੀਂ ਜਿਹੜਾ ਦਿੱਲੀ ਨੂੰ ਕੂਚ ਕੀਤਾ ਤੇ ਭਾਜਪਾ ਨੇ ਬਹੁਤ ਹੀ ਘਰਾਉਣੀਆਂ ਹਰਕਤਾਂ, ਅਤਿਆਚਾਰ ਕੀਤਾ ਕਿਸਾਨਾਂ ਮਜ਼ਦੂਰਾਂ ਦੇ ਉੱਤੇ। ਇਹਨਾਂ ਨੇ ਛੰਭੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਕਰਕੇ ਕਿੱਲ ਲਾ ਕੇ ਸਾਡੇ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੇ ਸਾਡੇ ਉੱਤੇ ਮਸ਼ੀਨਰੀ ਭੰਨੀ ਗਈ, ਟਰੈਕਟਰ ਟਰਾਲੀਆਂ ਭੰਨੀਆਂ, 500 ਤੋਂ ਵੱਧ ਸਾਡਾ ਕਿਸਾਨ ਮਜ਼ਦੂਰ ਜਿਹੜਾ ਉਹ ਫੱਟੜ ਕੀਤਾ, 3-4 ਸਾਡੇ ਕਿਸਾਨਾਂ ਮਜ਼ਦੂਰਾਂ ਦੀ ਨਿਗਾਹ ਚਲੇ ਗਈ ਏ। ਸੋ ਉਹ ਅੱਜ ਅਸੀਂ ਸਵਾਲ ਮਨਦੀਪ ਮੰਨੇ ਨੂੰ ਮੱਲਾਂ ਵਾਲੇ ਦੇ ਵਿੱਚ ਕਰਨ ਆਏ ਹਾਂ ਕਿ ਸਾਨੂੰ ਉਹਨਾਂ ਸਵਾਲਾਂ ਦਾ ਜਵਾਬ ਦਿਓ ਵੀ ਸਾਡਾ ਕਸੂਰ ਕੀ ਸੀ। ਤੁਹਾਨੂੰ ਅਧਿਕਾਰ ਹੈਗਾ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦਾ, ਤੇ ਸਾਡੇ ਕੋਲ ਅਧਿਕਾਰ ਨਹੀਂ ਕਿ ਅਸੀਂ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਜਾ ਕੇ ਆਪਣੀਆਂ ਹੱਕੀ ਮੰਗਾਂ ਮੰਨਣ ਲਈ ਜਿਹੜਾ ਪ੍ਰੋਟੈਸਟ ਕਰੀਏ। ਸੋ ਇਸ ਕਰਕੇ ਅਸੀਂ ਇੱਥੇ ਪਹੁੰਚੇ ਸਾਂ, ਪਰ ਇਹ ਭਾਜਪਾ ਸਰਕਾਰ ਦਾ ਰਵੱਈਆ ਪਹਿਲਾਂ ਤੋਂ ਲੈ ਕੇ ਕਿਸਾਨ ਮਜ਼ਦੂਰ ਨੂੰ ਮਾਰੂ ਰਵੱਈਆ, ਇਸ ਕਰਕੇ ਸਾਨੂੰ ਆ ਵੇਖ ਲਓ ਰੱਸਿਆਂ ਦੇ ਨਾਲ ਬੰਨ ਕੇ ਕਿਸਾਨਾਂ ਮਜ਼ਦੂਰਾਂ ਨੂੰ ਇੱਕ ਪਾਸੇ ਕੀਤਾ ਤੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਉਹ ਚੁੱਪ ਕਰਕੇ ਜਿਹੜਾ ਅੱਗੇ ਮੰਦਿਰ ਦੇ ਵਿੱਚ ਕੋਈ ਪ੍ਰੋਗਰਾਮ ਕਰ ਰਿਹਾ ਹੈ, ਧਰਮਸ਼ਾਲਾ ਦੇ ਵਿੱਚ, ਉੱਥੇ ਪਹੁੰਚ ਗਿਆ। ਸੋ ਅਸੀਂ ਪੂਰੇ ਪੰਜਾਬ ਭਾਰਤ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ, ਜਿਹੜਾ ਸਾਡੀ ਗੱਲ ਨਹੀਂ ਸੁਣਦਾ ਉਹਨਾਂ ਦਾ ਬਾਈਕਾਟ ਕਰੋ। ਅਧਿਕਾਰ ਨਹੀਂ ਕਿਸੇ ਕਿਸਾਨ ਮਜ਼ਦੂਰ ਨੂੰ ਕਿ ਇਹਨਾਂ ਨੂੰ ਵੋਟਾਂ ਪਾਈਏ, ਇਹਨਾਂ ਨੂੰ ਇਸੇ ਤਰ੍ਹਾਂ ਪੁੱਠੇ ਪੈਰੀ ਜਿਹੜਾ ਉਹ ਵਾਪਸ ਮੋੜੀਏ। ਬਹੁਤ ਵਧੀਆ ਜੀ, ਅੱਜ ਜੀਰੇ ਹਲਕੇ ਦੇ ਵਿੱਚ ਆਏ ਹਾਂ। ਪਹਿਲਾਂ ਮਾਕੂ ਦੇ ਵਿੱਚ ਕਾਫੀ ਪ੍ਰੋਗਰਾਮ ਹੋਏ ਨੇ, ਰੋਡ ਵੀ ਕੀਤਾ ਲੋਕਾਂ ਦਾ, ਬਹੁਤ ਵਧੀਆ ਹੰਗਾਰਾ ਸੀ, ਰਿਸਪੌਂਸ ਸੀ, ਲੋਕਾਂ ਨੇ ਬਹੁਤ ਵਧੀਆ ਸਾਨੂੰ ਵਿਸ਼ਵਾਸ ਵੀ ਦਵਾਇਆ ਤੇ ਹੁਣ ਸਰਕਲ ਜਿਹੜਾ ਮੱਲਾਂਵਾਲਾਂ ਦੇ ਵਿੱਚ ਆਏ ਹਾਂ, ਇੱਥੇ ਵੀ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀ, ਲੋਕਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਜਿਹੜਾ ਸਰਕਲ ਆ ਤੁਹਾਨੂੰ ਜਿਤਾ ਕੇ ਇੱਥੋਂ ਦੇਵਾਂਗੇ। ਮੈਂ ਸਾਰੇ ਹੀ ਸਰਕਲ ਮੱਲਾਂਵਾਲਾਂ ਦਾ ਧੰਨਵਾਦ ਕਰਦਾ, ਮੇਰੇ ਨਾਲ ਸਾਡੇ ਰਾਏ ਸਾਹਿਬ, ਸਾਡੇ ਵੱਡੇ ਵੀਰ ਜੀਰਾ ਸਾਹਿਬ ਤੇ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਪੂਰੇ ਤਿਆਰ ਆ, ਦਿਨ ਰਾਤ ਮਿਹਨਤ ਕਰ ਰਹੀ ਆ, ਹਰ ਇੱਕ ਪਿੰਡ ਦੇ ਵਿੱਚ ਸਾਡੀਆਂ ਟੀਮਾਂ ਪਹੁੰਚ ਰਹੀਆਂ ਨੇ। ਲੋਕਾਂ ਦੇ ਵਿੱਚ ਬੜਾ ਉਤਸ਼ਾਹ, ਲੋਕਾਂ ਨੇ ਮਨ ਬਣਾਇਆ ਹੋਇਆ ਇਸ ਵਾਰੀ ਕਿ ਅਸੀਂ 3ਜੀ ਵਾਰੀ ਫਿਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ। ਚਾਹੇ ਕੋਈ ਕੁਛ ਵੀ ਕਰਦਾ ਰਹੇ, ਕਿੰਨਾ ਵੀ ਵਿਰੋਧ ਕਰਦਾ ਰਹੇ, ਲੋਕਾਂ ਦੇ ਮਨ ਬਣੇ ਹੋਏ ਨੇ ਕਿ ਲੋਕਾਂ ਨੇ ਵੋਟ ਜਾ ਕੇ ਅੰਦਰ ਜਿਹੜੀ ਆ ਭਾਰਤੀ ਜਨਤਾ ਪਾਰਟੀ। ਕਾਰਨ ਤਾਂ ਕੋਈ ਨੀ, ਅਸੀਂ ਤਾਂ ਹਮੇਸ਼ਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਹਰ ਇੱਕ ਭਾਈਚਾਰੇ ਦਾ ਸਤਿਕਾਰ ਕਰਦੇ ਹਾਂ, ਹਰ ਇੱਕ ਸਮਾਜ ਦਾ ਸਤਿਕਾਰ ਕਰਦੇ ਹਾਂ। ਇਹ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਹਰ ਇੱਕ ਸਮਾਜ ਦਾ ਸਤਿਕਾਰ ਕਰਦੀ ਆ, ਹੋਰਨਾਂ ਪਾਰਟੀਆਂ ਦੇ ਇਹ ਹਿੱਸੇ ਨਹੀਂ ਆ। ਅਸੀਂ ਤਾਂ 13 ਦੀਆਂ 13 ਸੀਟਾਂ ਜਿੱਤਾਂਗੇ, ਜੋ ਲੋਕਾਂ ਦਾ ਰਿਸਪੌਂਸ ਆ, ਜੋ ਸਰਵੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਅੱਜ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਭਾਵੇਂ ਕੋਈ ਵਿਰੋਧ ਕਰੀ ਜਾਵੇ, ਭਾਵੇਂ ਕੋਈ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ, ਅੰਦਰੋਂ ਜਾ ਕੇ ਵੋਟ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ।